ਬਠਿੰਡਾ ਪੁਲਿਸ ਨੇ ਨਾਈਜੀਰੀਆ ਦੇ ਨਾਗਰਿਕ ਨੂੰ 200 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਸੀਆਈਏ ਸਟਾਫ ਵੱਲੋਂ ਕੀਤੀ ਗਈ ਕਾਰਵਾਈ ਅਨੁਸਾਰ 2 ਦਿਨ ਪਹਿਲਾਂ ਹੈਰੋਇਨ ਦੀ ਡਿਲੀਵਰੀ ਕਰਨ ਵਾਲੇ 2 ਨੌਜਵਾਨਾਂ ਕੁਲਵਿੰਦਰ ਸਿੰਘ ਅਤੇ ਅਮਰੀਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਇਹਨਾਂ ਨੇ ਦੱਸਿਆ ਸੀ ਕਿ ਉਹ ਡਰੱਗਸ ਦਿੱਲੀ ਤੋਂ ਨਾਈਜੀਰੀਅਨਸ ਕੋਲ ਲੈ ਕੇ ਆਉਂਦੇ ਨੇ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਅਤੇ ਦਿੱਲੀ ਤੋਂ ਇਸ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ। ਬਠਿੰਡਾ ਪੁਲਿਸ ਮੁਤਾਬਿਕ ਵਿਦੇਸ਼ੀ ਨਾਗਰਿਕ ਦਾ ਪੂਰਾ ਨਾਮ ਅਮਾ ਫੁਨਾ ਬਸੀਲ ਉਰਫ ਊਜ਼ਾ ਅਮਾ ਹੈ, ਜੋ ਕਿ ਕਰੀਬ 9 ਸਾਲ ਪਹਿਲਾਂ ਭਾਰਤ ਆਇਆ ਸੀ। ਪੁਲਿਸ ਮੁਤਾਬਿਕ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਸ਼ੁਰੂ ਵਿੱਚ ਇਸਨੇ ਭਾਰਤ ਆ ਕੇ ਕੱਪੜੇ ਵੀ ਵੇਚੇ। ਇਸ ਤੋਂ ਬਾਅਦ ਇਹ ਦੂਜੇ ਵਿਦੇਸ਼ੀ ਨਾਗਰਿਕਾਂ ਦੇ ਸੰਪਰਕ ਵਿੱਚ ਆ ਕੇ ਡਰੱਗਸ ਦਾ ਕਾਰੋਬਾਰ ਕਰਨ ਲੱਗਾ। ਸਾਹਿਬ ਨੇ ਬੜੀ ਮਿਹਨਤ ਨਾਲ ਦਿੱਲੀ ਜਾ ਕੇ ਅਤੇ ਇਹ ਬਾਵਾ ਜਿਹੜਾ ਇਹਨੂੰ ਅਰੈਸਟ ਕੀਤਾ, ਇਹਦੇ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਬੰਦਾ ਅੱਗੇ ਨਾਈਜੀਰੀਆ ਨੇ ਅਫਾਮ ਨਾਂ ਦਾ ਉਹਦੇ ਕੋਲੋਂ ਲੈ ਕੇ ਇਹਨੂੰ ਸਪਲਾਈ ਕਰਦਾ ਸੀਗਾ ਔਰ ਉਹਨੂੰ ਉਹਦੇ ਉਹ ਅਫਾਮ ਜਿਹੜਾ ਉਹ ਤਕਰੀਬਨ 50,000 ਰੁਪਇਆ ਕਿਲੋ ਦੇ ਹਿਸਾਬ ਨਾਲ ਪੇਮੈਂਟ ਕਰਦਾ ਸੀ। ਹੁਣ ਅਸੀਂ ਇਹਨੂੰ ਰਿਮਾਂਡ 'ਤੇ ਲਿਆ ਹੋਇਆ ਵਾ ਔਰ ਇਸ ਤੋਂ ਬਾਅਦ ਅੱਗੇ ਪੁੱਛਗਿੱਛ ਅਤੇ ਜਿਹੜਾ ਅਫਾਮ ਹੈ ਉਹਦਾ ਟਿਕਾਣਾ ਵਗੈਰਾ ਪਤਾ ਕਰਕੇ ਉਹਨੂੰ ਗ੍ਰਿਫਤਾਰ ਕਰਾਂਗੇ ਔਰ 3 ਬੰਦੇ ਬਠਿੰਡੇ ਦੇ ਉਹ ਕਰਨ ਵਾਲੇ, ਬਾਕੀ ਉਹ ਫੜਨ ਤੋਂ ਬਾਅਦ ਨੂੰ ਪਤਾ ਕਿ ਉਹ ਗਾਹ ਕਿਤੇ ਸਪਲਾਈ ਕਰਦੇ ਆ ਕਿਹਨੂੰ ਗੁਰਦਾਸ।